ਗੱਡੀ ਛੱਡੀ ਭੱਜੀ ਗਈ ਅੱਜ ਤਾਂ ਕੋਈ ਬੜੀ ਸੋਹਣੀ ਜਗ੍ਹਾ ਹੈ ਇਹ ਵਾਲੀ ਇਹ ਤਾਂ ਕੋ ਸਬਜ਼ ਪਾਣੀ ਹੈ ਇੱਥੇ ਸਲਾਮ ਵਾਲੇਕਮ ਵੈਲਕਮ ਟੂ ਨਿਊ ਵਲੌਗ ਤੇ ਅੱਜ ਹੀ ਅਸਾਂ ਜਾ ਰਹੇ ਹਾਂ ਕੋਟਲੀ ਸਾਰਾ ਡਰਾਈਵਿੰਗ ਲਾਇਸੈਂਸ ਨਾ ਕਹਿਣ ਵਾਲੇ ਸੀ ਟੈਸਟ ਆ ਹਾਂ ਡਰਾਈਵਿੰਗ ਲਾਇਸੈਂਸ ਕੀ ਅਪਲਾਈ ਕੀਤਾ ਅਸਾਂ ਅੱਜ ਟੈਸਟ ਆ ਅਸਾਂ ਹੁਣ ਨਿਕਲਣ ਲਏ ਹਾਂ ਕੋਟਲੀ ਆ ਗੁਲਪਰ ਇਸ ਟਾਈਮ ਖੜਤੇ ਹਾਂ ਮੈਂ ਤਾਂ ਦਾਨਿਸ਼ ਹਾਂ ਅਸਾਂ ਨਿਕਲਣ ਲਏ ਹਾਂ ਫਿਰ ਅੱਗੇ ਜਿੱਦੀ ਤੱਕ ਮੈਂ ਕਿਆ 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 ਹੋਣਾ ਨਿਕਲੇ ਸੀ ਅੱਗੇ ਐਕਸੀਡੈਂਟ ਹੋਇਆ ਕਾਰ ਚਾਰ ਭੱਜੀ ਗਈ ਹੈ ਕਾਰ ਚਾਰ ਭੱਜੀ ਗਈ ਸਹੀ ਸ਼ੋਰ ਮੇਲਾ ਆਈ ਆ ਜਾਣਦੇ ਨਾ ਇਹ ਗੱਡੀ ਭੱਜੀ ਗਈ ਇਹ ਕਹਿ ਡੱਬੇ ਨਾਲ ਲਈ ਸਿਲੰਡਰਾਂ ਨਾਲ ਕਹਿ ਡੱਬਾ ਫੁੱਲ ਸਜੇ ਲਈ ਜਾਣ ਸੀ ਥੋੜ੍ਹੀ ਜ਼ਿਆਦਾ ਹੋਰ ਤਾਂ ਭੱਜੀ ਗਿਆ ਚਲੋ ਫਿਲਹਾਲ ਜੁੜਨੇ ਆ ਤੱਕਣੇ ਆ ਕਿਆ ਫੈਸਲਾ ਹੋਣਾ ਸ਼ੂਗਰ ਮੇਲਾ ਤੱਕੀ ਦਾ ਜੀ ਜਾਣਾ ਗੱਡੀ ਛੱਡੀ ਭੱਜੀ ਗਈ ਪਤਾ ਨਹੀਂ ਕਿਆ ਫੈਸਲਾ ਹੋ ਸੀ ਅਸਾਂ ਤਾਂ ਫਿਲਹਾਲ ਨਿਕਲਣ ਲਿਆ ਸਹੀ ਭੱਜੀ ਅਸਾਂ ਨੇ ਨਿਕਲ ਗਿਆ ਹੁਣ ਅਸਾਂ ਤਾਂ ਪਹੁੰਚਿਆ ਆਪਣੇ ਮੰਜ਼ਿਲ ਉੱਪਰ ਇਹ ਲੈਣੇ ਰਹਿਣੇ ਸ਼ੂਗਰ ਗੱਡੀਆਂ ਭੱਜੀਆਂ ਰਹਿਣ ਅੱਜ ਭੱਜੀ ਕੱਲ੍ਹ ਫਿਰ ਭੱਜੀ ਅਸੀਂ ਕਿਹਾ ਪਾਉਣਾ ਤੂੰ ਕਿਹਾ ਜੇ ਫਿਰ ਟਹੀ ਹੈ ਬੈ ਗੱਡੀ ਮਰੀ ਗਈ ਜਾਣ ਬਣਵਾਈ ਦੇਈ ਉੜ ਸਾਣੇ ਯਾਰ ਖਰਚਾ ਚਲੋ ਜੀ ਲੋ ਖਲੋ ਇਹ ਦਾਂਡੀ ਜਾਣਾ ਮੈਂ ਬਣਵਾਈ ਦੇਸਾਂ ਚਲੋ ਜੀ ਠੀਕ ਹੈ ਇਹ ਹੈ ਜੀ ਕਸ਼ਮੀਰ ਕੀ ਕੋਟੀ ਕੀ ਸਭ ਤੋਂ ਖੂਬਸੂਰਤ ਜਗ੍ਹਾ ਯਹਾਂ ਪੇ ਕਿਧਰ ਹੈ ਇਹ ਚਮਲੇ ਵੀ ਹਮਾਰੇ ਸਾਥ ਦਸਤਿਆਬ ਹੈ ਅੱਜ ਤਾਂ ਕੋਈ ਬੜੀ ਸੋਹਣੀ ਜਗ੍ਹਾ ਹੈ ਇਹ ਵਾਲੀ ਦੇਖੀ ਜਗ੍ਹਾ ਬੜੀ ਸਾਰੀ ਨਾ ਕੋਈ ਜਗ੍ਹਾ ਹੈ ਤਾਂ ਪੰਜਾਬ ਦਾ ਲਾਜ਼ਮੀ ਕੱਲਾ ਬਸ ਕਰ ਇਹ ਤਾਂ ਕੋ ਸਬਜ਼ ਪਾਣੀ ਹੈ ਇੱਥੇ ਇਹ ਅਕਸਰ ਫੇਸਬੁੱਕ ਹੈ ਪਰ ਇਸ ਜਗ੍ਹਾ ਨੇ ਫੋਟੋ ਲਗੇ ਹੋਣੇ ਇਹ ਨੇ ਉਧਰ ਮਿਆਣੀ ਜਾ ਗਿਆ ਪਾਉਣੀਆਂ ਇੱਧਰ ਦੇਖ ਮੈਂ ਤੇ ਮੈਂ ਮਸ਼ਹੂਰ ਕਰ ਦੂੰਗਾ ਬੜੀ ਜ਼ਬਰਦਸਤ ਜਾ ਗਿਆ ਅਸਾਂ ਨਾਲ ਦੇ ਦੋਸਤ ਹੋ ਗਿਆ ਕੋਈ ਗੰਦ ਹਾਲੀ ਚੈੱਕ ਕਰੋ ਕੋਟੀ ਨਹੀਂ ਗਲੀਆਂ ਗੰਦ ਹਾਲੀ ਚੈੱਕ ਕਰੋ ਗੰਦਗੀ ਹੈ ਰੋਲਾ ਹੀ ਰੋਲਾ ਗਲੀਆਂ ਕੋਟੀ ਨਹੀਂ ਗਲੀਆਂ ਬੜੀਆਂ ਤੂੰ ਗੰਦ ਪਿਆ ਹੋਇਆ ਇਹ ਤਾਂ ਕੌਣ ਬਹੁਤ ਹੀ ਸਫਾਈ ਕਾ ਖਿਆਲ ਰੱਖਦੇ ਹੈ ਲੋਕ ਇੱਥੇ ਕੋਈ ਟੈਸਟ ਹੋ ਸੀ ਉਸ ਨੂੰ ਫਿਲਹਾਲ ਆਈ